ਆਮ ਆਦਮੀ ਪਾਰਟੀ ਦੇ ਪੰਜਾਬ ਦੇ ਉੱਪਰ ਦਾਨ ਅਮਨ ਅਰੋੜਾ ਅੱਜ ਫਰੀਦਕੋਟ ਪੁੱਜੇ ਜਿੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੋਣ ਕਮਿਸ਼ਨ ਪੰਜਾਬ ਵੱਲੋਂ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਨੋਟਿਸ ਜਾਰੀ ਕਰਨ ਬਾਰੇ ਉਹਨਾਂ ਕਿਹਾ ਕਿ ਜੇਕਰ ਕੋਈ ਉਮੀਦਵਾਰ ਚੋਣ ਜ਼ਾਬਤੇ ਦੀ ਉਲੰਘਣਾ ਕਰਦਾ ਹੈ ਤਾਂ ਉਸ ਦੇ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਬੀਬੀ ਖਾਲੜਾ ਨੇ ਜੇਕਰ ਚੋਣ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਾਰਾ ਲਿਆ ਹੈ ਤਾਂ ਇਹ ਗਲਤ ਹੈ ਕਿਉਂਕਿ ਚੋਣ ਮੈਨੀਫੈਸਟੋ ਹਮੇਸ਼ਾ ਝੂਠੇ ਸਾਬਤ ਹੁੰਦੇ ਹਨ ਪਰ ਧਾਰਮਿਕ ਗ੍ਰੰਥਾਂ ਨੂੰ ਚੋਣ ਮੈਨੀਫੈਸਟੋ ਦਾ ਹਿੱਸਾ ਨਹੀਂ ਹੋਣਾ ਚਾਹੀਦਾ ਬੀਬੀ ਖਾਲੜਾ ਨੂੰ ਪੀਡੀਏ ਦੀ ਸੀਟ ਛੱਡਣ ਦੀ ਗੱਲ ਤੇ ਅਸੀਂ ਇਹ ਮੰਗ ਕੀਤੀ ਹੈ ਕਿ ਬੀਬੀ ਪਰਮਜੀਤ ਖਾਲੜਾ ਨੂੰ ਸੁਖਪਾਲ ਸਿੰਘ ਖਹਿਰਾ ਦੀ ਟਿਕਟ ਵਾਪਸ ਕਰ ਦੇਣੀ ਚਾਹੀਦੀ ਹੈ ਕਿਉਂਕਿ ਜਦੋਂ ਉਹਨਾਂ ਦੇ ਪਤੀ ਦੀ ਹੱਤਿਆ ਸੀ ਉਸ ਵਕਤ ਕਾਂਗਰਸ ਦੀ ਸਰਕਾਰ ਸੀ ਅਤੇ ਇਹੀ ਖਹਿਰਾ ਕਾਂਗਰਸ ਪਾਰਟੀ ਵਿੱਚ ਸਨ ਪਰ ਹੁਣ ਉਹੀ ਸੁਖਪਾਲ ਸਿੰਘ ਖਹਿਰਾ ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਦਾ ਸਿਆਸੀ ਮਫਾਦ ਲੈਣ ਅਤੇ ਵਿਦੇਸ਼ੀ ਫੰਡ ਹਾਸਲ ਕਰਨ ਦੀ ਫਰਾਗ ਵਿੱਚ ਹਨ ਕਾਂਗਰਸ ਦੇ ਨਾਲ ਗਠਜੋੜ ਦੇ ਮਾਮਲੇ ਤੇ ਬੋਲਦਿਆਂ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਵਿੱਚ ਅਸੀਂ ਵਿਰੋਧੀ ਪੱਖ ਵਿੱਚ ਬੈਠੇ ਹਾਂ ਅਤੇ ਜੇਕਰ ਕੈਪਟਨ ਅਮਰਿੰਦਰ ਸਿੰਘ 2 ਸਾਲ 'ਚ ਲੋਕਾਂ ਨੇ ਕੀਤੇ ਵਾਅਦੇ ਉੱਤੇ ਖਰਾ ਉਤਰਦਾ ਹੈ ਤਾਂ ਅਸੀਂ ਗਠਜੋੜ ਬਾਰੇ ਸੋਚ ਸਕਦੇ ਸੀ ਪਰ ਦਿੱਲੀ ਵਿੱਚ ਹਾਲਾਤ ਵੱਖ ਹਨ ਅਤੇ ਦੇਸ਼ ਨੂੰ ਬਚਾਉਣ ਲਈ ਬੀਜੇਪੀ ਨੂੰ ਖਤਮ ਕਰਨਾ ਜ਼ਰੂਰੀ ਹੈ ਇਸ ਲਈ ਉੱਥੇ ਕਾਂਗਰਸ ਨਾਲ ਗਠਬੰਧਨ ਦੀ ਗੱਲ ਕੀਤੀ ਜਾ ਰਹੀ ਹੈ ਜਿਹੜੀ ਕੋਈ ਚੋਣ ਪ੍ਰਕਿਰਿਆ ਦੀ ਵਾਇਲੇਸ਼ਨ ਹੈ ਜਿਹੜੀ ਕੋਡ ਆਫ ਕੰਡਕਟ ਦੀ ਵਾਇਲੇਸ਼ਨ ਹੈ ਉਹ ਕਿਸੇ ਵੀ ਲੀਡਰ ਨੂੰ ਨਹੀਂ ਕਰਨੀ ਚਾਹੀਦੀ ਕਿਸੇ ਵੀ ਕੈਂਡੀਡੇਟ ਨੂੰ ਨਹੀਂ ਕਰਨੀ ਚਾਹੀਦੀ ਹੈਗੀ ਜੇ ਉਹਨਾਂ ਨੇ ਕੀਤੀ ਹੈ ਤਾਂ ਮੈਂ ਸਮਝਦਾ ਕਿ ਗਲਤ ਹੈ ਕਿਉਂਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰ ਲਈਏ ਆਪਾਂ ਸ਼੍ਰੀਮਦ ਭਗਵਦ ਗੀਤਾ ਦੀ ਗੱਲ ਕਰ ਲਈਏ ਕੁਰਾਨ ਦੀ ਗੱਲ ਕਰ ਲਈਏ ਬਾਈਬਲ ਦੀ ਗੱਲ ਕਰ ਲਈਏ ਇਹ ਉਹ ਪਾਵਨ ਪਵਿੱਤਰ ਗ੍ਰੰਥ ਨੇ ਜਿਨ੍ਹਾਂ ਤੋਂ ਦੁਨੀਆ ਸੇਧ ਲੈ ਕੇ ਚੱਲਦੀ ਹੈ ਇਹਨਾਂ ਨੂੰ ਕਿਸੇ ਵੀ ਡਾਕੂਮੈਂਟ ਦੇ ਨਾਲ ਕਿਸੇ ਵੀ ਮੈਨੀਫੈਸਟੋ ਦੇ ਨਾਲ ਕੰਪੇਅਰ ਕਰਨਾ ਜਾਂ ਕਿਸੇ ਤਰ੍ਹਾਂ ਦੀ ਤੁਲਨਾ ਕਰਨੀ ਉਹ ਗਲਤ ਹੈ ਅੱਜ ਤੱਕ 70 ਸਾਲਾਂ ਦੇ ਵਿੱਚ ਹੋ ਕੀ ਰਿਹਾ 70 ਸਾਲਾਂ ਦੇ ਵਿੱਚ ਜਿੰਨੀਆਂ ਪਾਰਟੀਆਂ ਆਪਦੇ ਮੈਨੀਫੈਸਟੋਜ਼ ਇਸ਼ੂ ਕਰਦੀਆਂ ਨੇ ਸਾਰੀਆਂ ਦੀਆਂ ਸਾਰੀਆਂ 5 ਸਾਲਾਂ ਬਾਅਦ ਝੂਠ ਦਾ ਪਲੰਦਾ ਲੱਗਣ ਲੱਗ ਜਾਂਦੀਆਂ ਨੇ ਜਦਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਸਾਰੀ ਕਾਇਨਾਤ ਸੇਧ ਲੈ ਕੇ ਚੱਲਦੀ ਹੈ ਸੋ ਮੈਂ ਸਮਝਦਾ ਕਿ ਕਿਸੇ ਵੀ ਤਰ੍ਹਾਂ ਦੀ ਤੁਲਨਾ ਕਰਨੀ ਉਹਦੇ ਨਾਲ ਕੰਪੈਰੀਜ਼ਨ ਕਰਨਾ ਉਹ ਗਲਤ ਹੈ ਉਹ ਆਪਣੇ ਆਪ ਦੇ ਵਿੱਚ ਇੱਕ ਬੇਅਦਬੀ ਹੈ ਮਿਕਸ ਨਾ ਕਰੋ ਦੋ ਇਸ਼ੂਜ਼ ਨੂੰ ਹਰੇਕ ਸਟੇਟ ਦੀ ਆਪਦੀ ਡੈਮੋਗ੍ਰਾਫੀ ਹੁੰਦੀ ਹੈ ਜਿੱਥੇ ਤੱਕ ਪੰਜਾਬ ਦਾ ਮਸਲਾ ਹੈ ਪੰਜਾਬ ਦਾ ਅਸੀਂ ਪਹਿਲੇ ਦਿਨ ਕਲੀਅਰ ਕਰ ਦਿੱਤਾ ਸੀਗਾ ਉਹ ਸਰਕਾਰ ਦੇ ਵਿੱਚ ਨੇ ਅਸੀਂ ਪ੍ਰਿੰਸੀਪਲ ਆਪੋਜੀਸ਼ਨ ਪਾਰਟੀਆਂ ਅਸੀਂ ਉਦੋਂ ਦਾ ਸਮਝੌਤਾ ਕਰਨ ਦੀ ਸੋਚ ਸਕਦੇ ਸੀ ਕਾਂਗਰਸ ਪਾਰਟੀ ਦੇ ਨਾਲ ਜੇ ਕਾਂਗਰਸ ਪਾਰਟੀ ਨੇ 2 ਸਾਲਾਂ ਦੇ ਵਿੱਚ ਆਪਦੇ ਮੈਨੀਫੈਸਟੋ ਦੇ ਵਿੱਚ ਜਿਹੜੇ ਵਾਅਦੇ ਕੀਤੇ ਸੀਗੇ ਚਾਹੇ ਘਰ ਘਰ ਨੌਕਰੀ ਦੀ ਗੱਲ ਕਰ ਲਈਏ ਕਿਸਾਨੀ ਖੁਦਕੁਸ਼ੀਆਂ ਰੋਕਣ ਦੀ ਗੱਲ ਕਰ ਲਈਏ ਕਰਜ਼ੇ ਮਾਫੀ ਦੀ ਗੱਲ ਕਰ ਲਈਏ ਜੋ ਵਾਅਦੇ ਪੂਰੇ ਕਰ ਦਿੰਦੇ ਅਸੀਂ ਸੋਚ ਲੈਂਦੇ ਪਰ ਜਦੋਂ ਵਾਅਦੇ ਕੱਖ ਨਹੀਂ ਪੂਰਾ ਕੀਤਾ ਹੈਗਾ ਅਸੀਂ ਪ੍ਰਿੰਸੀਪਲ ਆਪੋਜੀਸ਼ਨ ਪਾਰਟੀਆਂ ਕਿਵੇਂ ਉਹਨਾਂ ਨਾਲ ਹੋ ਸਕਦਾ ਇਹ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਵੀ ਪਾਰਟੀ ਸਕੂਲ ਗੱਲ ਕਰ ਰਹੇ ਨੇ ਉਹ ਦਿੱਲੀ ਸਪੈਸੀਫਿਕ ਕਰ ਰਹੇ ਨੇ ਪੰਜਾਬ ਦਾ ਉਸ ਚੀਜ਼ ਨਾਲ ਕੋਈ ਜਾਗਰਤੀ ਲੈ ਲਈ ਫਰੀਦਕੋਟ ਤੋਂ ਗੁਰਜੀਤ ਰਮਾਣਾ ਦੀ ਰਿਪੋਰਟ